ਕਿ ਜੇ ਕਿਤੇ ਲੋਕ ਮੇਰਾ ਮਾੜਾ ਮੋਟਾ ਸਾਥ ਦੇ ਦਿੰਦਾ ਯਾਰ, ਰਲ ਮਿਲ ਕੇ ਆਪਾਂ ਪੰਜਾਬ ਬਚਾਉਣਾ ਕਿ ਆਪਾਂ ਪਾਰਟੀ ਬਾਜ਼ੀਆਂ ਕਰਨੀਆਂ। ਤੁਸੀਂ ਜਿਹੜੇ ਵੀ ਕੋਨੇ ਚੋਂ ਪੂਰੀ ਦੁਨੀਆ ਦੇ ਇਹ ਵੀਡੀਓ ਦੇਖ ਰਹੇ ਹੋ, ਸਾਨੂੰ ਵਟਸਐਪ ਕਰੋ ਆਪਣਾ ਨਾਮ, ਆਪਣੀ ਜਗ੍ਹਾ ਦਾ ਨਾਮ ਤੇ ਆਪਣਾ ਨੰਬਰ। ਕਿਤੇ ਸਾਡੇ ਪਿੰਡ 'ਚ ਕੋਈ ਲੋੜ ਪਵੇ ਤਾਂ ਅਸੀਂ ਇਹਨਾਂ ਨੂੰ ਫੋਨ ਕਰੀਏ, ਜੇ ਸਾਡੇ ਪਿੰਡ 'ਚ ਅਸੀਂ ਕਿਸੇ ਦੀ ਹੈਲਪ ਕਰਨੀ ਹੈ ਤਾਂ ਇਹਨਾਂ ਨੂੰ ਫੋਨ ਕਰੀਏ। ਜਿਵੇਂ ਤੁਸੀਂ ਸਾਗਰ ਦੀ ਵੋਟੀ ਇੰਡੀਕਾ ਲੈਂਦੀ ਚਲਾ ਫੇਮਸ ਕੀਤਾ ਨਾ, ਉਵੇਂ ਇਸ ਵੀਡੀਓ ਨੂੰ ਵੀ ਫੇਮਸ ਕਰ ਦਿਓ, ਸ਼ੇਅਰ ਕਰ ਦਿਓ। ਪੰਜਾਬ ਦਾ ਜਿਹੜੇ ਸੱਚੀ ਉਹ ਭਲਾ ਜਾਣਦੇ ਨੇ, ਰੂਹ ਖੁਸ਼ ਹੋਣ ਵਾਲੀ ਉਹਨਾਂ ਦੀ ਵੀਡੀਓ ਦੇਖ ਕੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਮੈਂ ਥੋੜ੍ਹੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਪੰਜਾਬ ਭਰ ਦੇ ਵਿੱਚੋਂ ਸਾਰੇ ਮੇਰੇ ਸਰਪੰਚ ਸਾਹਿਬਾਨ, ਪੰਚ ਸਾਹਿਬਾਨ ਅਤੇ ਲੰਬੜਦਾਰ ਅਤੇ ਮੀਡੀਆ ਕਰਮੀ, ਮੈਂ ਬੇਨਤੀ ਕੀਤੀ ਸੀ ਕਿ ਇੱਕ ਕਿ ਪਲੀਜ਼ ਸਾਡੀ ਟੀਮ ਨਾਲ ਸੰਪਰਕ ਕਰੋ। ਅਸੀਂ ਇੱਕ ਮਾਡਲ ਬਣਾ ਰਹੇ ਹਾਂ ਐਸਾ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਕੋਈ ਵੀ ਮਰੀਜ਼ ਮੈਡੀਕਲ ਪ੍ਰੋਬਲਮ ਦੇ ਨਾਲ ਬਿਨਾਂ ਇਲਾਜ ਤੋਂ ਨਹੀਂ ਤੜਪੇਗਾ। ਅਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਚਲੋ ਛੋਟੀ ਗਿਣਤੀ ਸੀ ਪਰ ਫਿਰ ਵੀ ਲੋਕਾਂ ਨੇ ਸਾਥ ਦੇਣਾ ਮੇਰਾ ਸ਼ੁਰੂ ਕੀਤਾ। ਤਕਰੀਬਨ 200 ਪਲੱਸ ਪਿੰਡਾਂ ਦੇ ਵਿੱਚੋਂ ਮੈਨੂੰ ਪੰਚ, ਸਰਪੰਚ, ਲੰਬੜਦਾਰ ਅਤੇ ਯੂਥ ਅਤੇ ਗੁਰਦੁਆਰਾ ਸਾਹਿਬ ਦੇ ਪਾਠੀ ਸਾਹਿਬਾਨ, ਇਹਨਾਂ ਦੇ ਫੋਨ ਆਏ। ਦੂਜੇ ਪਾਸੇ ਮੇਰੇ ਹੱਥ ਦੇ ਵਿੱਚ ਲਿਸਟ ਹੈ ਪੰਜਾਬ ਦੇ ਤਕਰੀਬਨ ਸਾਰੇ ਪਿੰਡਾਂ ਦੇ ਸਰਪੰਚਾਂ ਦਾ ਨੰਬਰ, ਨਾਮ। ਇਹਦੇ ਵਿੱਚ ਵੀ ਮੇਰੇ ਇੱਕ ਵੀਰ ਨੇ ਮਦਦ ਕੀਤੀ, ਜਿਹਨੇ ਦੱਸਿਆ ਕਿ ਬਾਈ ਮੈਂ ਤੈਨੂੰ ਲਿਸਟ ਪ੍ਰੋਵਾਈਡ ਕਰਾ ਦਿੰਦਾ ਜਿਹਦੇ ਨਾਲ ਤੈਨੂੰ ਪੰਜਾਬ ਦੇ ਸਾਰੇ ਸਰਪੰਚ, ਪੰਚ ਅਤੇ ਲੰਬੜਦਾਰਾਂ ਦੀ ਲਿਸਟ ਮਿਲ ਜੂਗੀ, ਜਿਹਦੇ ਨਾਲ ਤੇਰੇ ਪੰਜਾਬ ਦੀ ਜਿਹੜੀ ਭਲੇ ਦੀ ਜਿਹੜੀ ਸੋਚ ਹੈ ਉਹਨੂੰ ਬੂਰ ਪੈ ਸਕਦਾ। ਇਹ ਵੀਡੀਓ ਨਾ ਮੇਰੀ ਕੋਈ ਮੋਟੀਵੇਸ਼ਨਲ ਸਪੀਚ ਸਮਝ ਕੇ ਜਾਂ ਗਿਆਨ ਦੇਣ ਵਾਲੇ ਗੱਡੀਆਂ 'ਚ, ਕਾਰਾਂ 'ਚ ਬਹਿ ਕੇ, ਘਰਾਂ 'ਚ ਬਹਿ ਕੇ ਵਾਲਿਆਂ 'ਚੋਂ ਨਾ ਸਮਝੀਓ, ਮੈਂ ਕਿ ਤੁਹਾਨੂੰ ਪ੍ਰੈਕਟੀਕਲ ਗੱਲ ਦੱਸਦਾ। ਕੱਲ੍ਹ ਸਾਡੇ ਕੋਲ ਇੱਕ ਮਾਂ ਆਈ, ਪਹਿਲਾਂ ਵੀਡੀਓ ਦੇਖੋ ਆਵਲੀ। ਨਹੀਂ ਹੁਣ ਤਾਂ ਡਾਕਟਰ ਦਵਾਈ ਲੈ ਦੇ ਗਏ, ਇਹ 'ਚ ਤੁਸੀਂ ਪਰੇਸ਼ਾਨ ਕਿਉਂ? ਏਦਾਂ ਕਰੋ, ਇਹਦਾ ਨੰਬਰ ਲੈ ਲਓ ਕੈਨੇਡਾ, ਮੇਰੇ ਦੋ ਤਿੰਨ ਦੋਸਤ ਹੈਗੇ, ਉਹਨਾਂ ਨੂੰ ਮੈਂ ਦਵਾਈ ਲੈ ਦਿੰਦਾ ਉੱਥੋਂ। ਨੰਬਰ ਲੈ ਲਓ। ਕਿਹੜੀ ਕੰਟਰੀ 'ਚ? ਸਟੇਟ ਕਿਹੜੀ? ਉੱਥੇ ਸਰੀ 'ਚ ਨੰਬਰ ਭੇਜੋ, ਮੈਨੂੰ ਨੰਬਰ ਮੰਗਾ ਲਓ ਭਾਜੀ, ਉਦੋਂ ਮੈਂ ਸਰੀ ਕਹਿ ਦਿੰਦਾ ਦੋ ਤਿੰਨ। ਕੁੜੀ ਵਾਲਿਆਂ ਨੇ? ਕੁੜੀ ਕੀ? ਨਹੀਂ, ਇਹ ਮੁੰਡੇ ਦੀ ਘਰ ਵਾਲੀ? ਅੱਛਾ, ਇਹ ਮੁੰਡੇ ਦੇ ਨਾਲ ਕੌਣ ਕੌਣ ਰਹਿੰਦਾ ਉੱਥੇ? ਬਸ ਠੀਕ ਹੈ, ਤਾਂ ਨੰਬਰ ਸਾਨੂੰ ਭੇਜ ਦਿਓ, ਤੁਸੀਂ ਨੰਬਰ ਲਿਖ ਕੇ ਦੇ ਦਿਓ ਵੀਰੇ ਭਾਜੀ, ਆਪਣਾ ਨੰਬਰ ਆਊਗਾ ਮੈਨੂੰ ਭੇਜ ਦਿਓ, ਮੈਂ ਕਰ ਲੈਂਦਾ। ਦੇਖੀ ਇਹ ਜਿਹੜੀ ਮਾਂ ਕੱਲ੍ਹ ਰੋਂਦੀ ਰੋਂਦੀ ਆਈ ਕਿ ਇਹਦਾ ਪੁੱਤ ਕੈਨੇਡਾ ਸਰੀ ਦੇ ਵਿੱਚ ਬਿਮਾਰ ਬੈਠਾ, ਕੈਨੇਡਾ ਸਰੀ ਦੇ ਵਿੱਚ ਸਾਡਾ ਇੱਕ ਪੰਜਾਬੀ ਭਰਾ ਬਿਮਾਰ ਬੈਠਾ ਹੈ, ਔਰ ਇਹ ਮਾਂ ਰੋ ਰੋ ਦੱਸ ਰਹੀ ਹੈ ਕਿ ਮੈਂ ਤਾਂ ਸਾਰੇ ਜ਼ਮੀਨ ਜ਼ਮੂਨ ਵੇਚ ਕੇ ਆਪਣੇ ਪੁੱਤ ਨੂੰ ਬਾਹਰ ਭੇਜਤਾ, ਉੱਥੇ ਜਾ ਕੇ ਬਿਮਾਰ ਹੋ ਗਿਆ, ਟੀਵੀ ਦੀ ਬਿਮਾਰੀ ਹੋ ਗਈ, ਮਾਂ ਵਿਲਕਦੀ ਫਿਰਦੀ ਸੀ ਜਿਵੇਂ ਤੁਸੀਂ ਵੀਡੀਓ 'ਚ ਦੇਖਿਆ। ਅਸੀਂ ਕੱਲ੍ਹ ਵੀਡੀਓ ਪਾਈ ਜਿਹਦੇ 'ਚ ਮੈਂ ਬੇਨਤੀ ਕੀਤੀ ਕਿ ਭਾਈ ਕੈਨੇਡਾ ਸਰੀ ਤੋਂ ਜੇ ਕੋਈ ਸਾਡੀ ਵੀਡੀਓ ਦੇਖਦਾ ਤਾਂ ਪਲੀਜ਼ ਇਸ ਪਰਿਵਾਰ ਦੀ ਮਦਦ ਲਈ ਸਾਨੂੰ ਸੰਪਰਕ ਕਰੋ। ਹੁਣ ਕਿੰਨੀ ਸੋਹਣੀ ਗੱਲ ਹੋ ਗਈ, ਸਾਡੇ ਕੋਲ ਇੱਕ ਭੈਣ ਦਾ ਫੋਨ ਆਇਆ ਕਿ ਵੀਰੇ ਮੈਨੂੰ ਦਿਓ ਨੰਬਰ ਇਹਨਾਂ ਦਾ, ਮੈਂ ਆਪ ਹੀ ਸਾਰੀ ਇਨਕੁਆਇਰੀ ਕਰਕੇ, ਕਿਉਂਕਿ ਕੈਨੇਡਾ 'ਚ ਮੈਂ ਇਨਕੁਆਇਰੀ ਨਹੀਂ ਕਰਾ ਸਕਦਾ ਸੀਗਾ। ਅਤੇ ਉਹ ਭੈਣ ਨੇ ਇਨਕੁਆਇਰੀ ਕੀਤੀ, ਹੋਸਪਿਟਲ ਕਾਲ ਕੀਤੀ ਅਤੇ ਉਹਨੂੰ ਦਵਾਈ ਲੈ ਕੇ ਦਿੱਤੀ ਆਪ ਆਪਣੇ ਹੱਥੀਂ। ਆਹ ਹੁਣ ਰਿਕਾਰਡਿੰਗ ਸੁਣੋ ਉਹਦੀਆਂ। ਹਾਂਜੀ ਵੀਰੇ, ਮੈਂ ਦੇਖ ਲਈ ਹੈ ਵੀਡੀਓ, ਮੈਂ ਅੱਜ ਦੀ ਚੱਲ ਜੂੰਗੀ, ਅਤੇ ਤੁਸੀਂ ਕਿਸੇ ਹੋਰ ਨੂੰ ਨਾ ਕਿਹਾ, ਜੇ ਤੁਹਾਨੂੰ ਕੋਈ ਹੋਰ ਪੁੱਛੂਗਾ ਤੁਸੀਂ ਬੋਲ ਦਿਓ ਕਿ ਹੈਲਪ ਹੋ ਗਈ ਹੈ, ਅਤੇ ਮੈਂ ਅੱਜ ਹੀ ਦੇ ਆਊਂਗੀ, 2 ਵਜੇ ਤੋਂ ਬਾਅਦ ਕਿਸੇ ਵੀ ਟਾਈਮ ਮੈਂ ਫੜਾਉਂਗੀ ਉਹਨਾਂ ਨੂੰ ਮੈਡੀਸਨਸ ਲੈ ਕੇ। ਵੀਰੇ ਇਹਦੇ 'ਚ ਨਾ ਕਿਤੇ ਮੈਡੀਸਨ ਨਹੀਂ ਲਿਖੀ ਹੋਈ, ਵੀ ਮੈਂ ਮਤਲਬ ਇਹਨਾਂ ਨੂੰ ਪੁੱਛ ਦਿਉ ਵੀ ਮੈਂ ਡਾਕਟਰ ਨੂੰ ਫੋਨ ਕਰਕੇ ਇਹਨਾਂ ਦੀ ਮੈਡੀਸਨ ਲਵਾਂਗਾ ਕਿੱਦਾਂ, ਮੈਨੂੰ ਕਿਤੇ ਦਿਖੀ ਨਹੀਂ ਹੈਗੀ ਮੈਡੀਸਨ ਲਿਖੀ ਹੋਈ। ਵੀਰੇ ਮੈਂ ਕਰਦੀ ਹਾਂ ਪੇਮੈਂਟ, ਅਤੇ ਉਹ ਮੈਡੀਸਨ ਨਹੀਂ ਸੀਗੀ, ਜਿੱਦਾਂ ਕਿ ਡਾਕਟਰ ਦੀ ਖੁਦ ਦੀ ਫੀਸ ਸੀ, ਉਹ ਡਾਕਟਰ ਨੂੰ ਪੇ ਕਰਨੀ ਸੀ, ਅਤੇ ਉਹਨਾਂ ਦਾ ਇੱਥੇ ਵਾਲਾ ਕਾਰਡ ਕੁਛ ਐਕਸਪਾਇਰ ਹੋਇਆ ਸੀ ਅਤੇ ਉਹ ਚੱਲਦਾ ਨਹੀਂ ਸੀਗਾ, ਅਤੇ ਉਹਦੇ ਕਰਕੇ ਡਾਕਟਰ ਦੀ ਉਹ ਪੁਰਾਣੀ ਫੀਸ ਸੀਗੀ, ਅਤੇ ਅਗਲੇ ਫੋਲੋਅਪ ਲਈ ਉਹ ਫੀਸ ਪਹਿਲਾਂ ਪੇ ਕਰਨੀ ਜ਼ਰੂਰੀ ਸੀਗੀ, ਅਤੇ ਉਹ ਵਾਲੀ ਫੀਸ ਮੈਂ ਫਿਰ ਪੇ ਕਰਤੀ ਸੀਗੀ।
ਹਾਂਜੀ ਹਾਂਜੀ ਵੀਰੇ, ਮੈਂ ਡਾਕਟਰ ਦੇ ਆਫਿਸ ਹੀ ਕਾਲ ਕਰ ਲਈ ਸੀਗੀ। ਪਹਿਲਾਂ ਉਹਨਾਂ ਨਾਲ ਕਨਫਰਮ ਕਰ ਲਿਆ ਸੀਗਾ ਨਾਮ ਪੁੱਛ ਕੇ, ਅਤੇ ਫਿਰ ਮੈਂ ਉਹਨਾਂ ਨੇ ਮੈਨੂੰ ਇਹ ਭੇਜਤਾ ਸੀ ਉਹਨਾਂ ਦੇ ਨਾਮ ਦੀ ਇਨਵੋਇਸ, ਅਤੇ ਫਿਰ ਮੈਂ ਉੱਥੇ ਹੀ ਪੇ ਕਰਤੀ ਸੀਗੀ। ਕਿੰਨੀ ਖੂਬਸੂਰਤ ਗੱਲ ਹੈ ਯਾਰ, ਇੰਨਾ ਚਾਅ ਚੜਿਆ ਮੈਨੂੰ ਇਹ ਚੀਜ਼ ਦੇਖ ਕੇ ਕਿ ਜੇ ਕਿਤੇ ਲੋਕ ਮੇਰਾ ਮਾੜਾ ਮੋਟਾ ਸਾਥ ਦੇ ਦੇਣ ਨਾ, ਚਲੋ ਜਿਹੜੀਆਂ ਮੇਰੀਆਂ ਲੱਤਾਂ ਖਿੱਚਣ ਵਾਲੇ ਨੇ ਉਹ ਜਾਰੀ ਰਹੋ, ਕਿਉਂਕਿ ਮੈਂ ਉਹਨਾਂ ਨੂੰ ਖਤਮ ਕਰਨਾ ਵੀ ਨਹੀਂ ਚਾਹੁੰਦਾ ਔਰ ਨਾ ਕਦੀ ਉਹ ਖਤਮ ਹੋਣੇ ਨੇ। ਦੁਨੀਆ 'ਚ ਕਿਹੜਾ ਐਸਾ ਬੰਦਾ ਯਾਰ ਜਿਹਨੇ ਸਾਰੀ ਦੁਨੀਆ ਜਿੱਤ ਲਈ, ਸਗੋਂ ਕਿ ਜਿਹੜਾ ਦੁਨੀਆ ਜਿੱਤਣ ਵਾਲੇ ਰਾਹ 'ਤੇ ਤੁਰ ਪਿਆ ਨਾ, ਸਮਝ ਲਓ ਉਹ ਰਾਹ 'ਤੇ ਗਲਤ ਤੁਰ ਪਿਆ। ਤੁਸੀਂ ਜਿੱਤਣਾ ਉਸ ਪਰਮਾਤਮਾ ਨੂੰ ਹੈ ਅਤੇ ਆਪਣੇ ਦਿਲ ਨੂੰ, ਤੁਸੀਂ ਦੁਨੀਆ ਨਹੀਂ ਜਿੱਤ ਸਕਦੇ। ਕੋਈ ਇੱਕ ਬੰਦੇ ਦਾ ਮੈਨੂੰ ਨਾਮ ਕਮੈਂਟ ਕਰਕੇ ਦੱਸੋ ਤੁਸੀਂ, ਜਿੰਨੇ ਜਿਹਦੇ ਕੋਲ ਸਾਰੇ ਹੀ ਖੁਸ਼ ਹੋਣ। ਲੋਕ ਤਾਂ ਯਾਰ ਰੱਬ ਕੋਲ ਨਹੀਂ ਖੁਸ਼, ਇੱਕ ਪਾਸੇ ਮੁਰਾਦ ਪੂਰੀ ਨਾ ਹੋਵੇ ਤਾਂ ਦੂਜੇ ਪਾਸੇ ਮੂੰਹ ਮਾਰਨ ਚੱਲ ਜਾਂਦੇ ਨੇ ਕਿ ਚਲੋ ਜੀ ਹੁਣ ਇਸ ਰੱਬ ਨੇ ਸੁਣੀ ਨਹੀਂ, ਹੁਣ ਧਰਮ ਪਰਿਵਰਤਨ ਕਰ ਲਓ। ਕਿੱਡਾ ਚੱਲਦਾ ਪੰਜਾਬ 'ਚ, ਹਾਲਾਂਕਿ ਅਸੀਂ ਸਾਰੇ ਹੀ ਇੱਕ ਪਿਓ ਦੇ ਬੱਚੇ ਹਾਂ, ਭਾਵੇਂ ਉਹਨੂੰ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਦੇ ਲਓ, ਭਾਵੇਂ ਪ੍ਰਭੂ ਰਾਮ ਦਾ ਨਾਮ ਦੇ ਲਓ, ਭਾਵੇਂ ਜੀਸਸ ਮਹਾਰਾਜ ਦਾ ਨਾਮ ਦੇ ਲਓ, ਇੱਕੋ ਹੀ ਹੈ। ਪਰ ਅਸੀਂ ਕਿਸੇ ਹੋਰ ਧਰਮ 'ਚ ਪੈਦਾ ਹੁੰਦੇ ਹਾਂ, ਆਪ ਹੀ ਆਪਣੀ ਮਰਜ਼ੀ ਨਾਲ ਕਿਸੇ ਹੋਰ ਧਰਮ 'ਚ ਚਲ ਜਾਂਦੇ ਹਾਂ, ਪਹਿਲਾਂ ਅਸੀਂ ਕਿਸੇ ਰੱਬ ਦੇ ਮਗਰ ਲੱਗੇ ਹੁੰਦੇ ਹਾਂ, ਫਿਰ ਅਸੀਂ ਕਿਸੇ ਦੇ ਲੱਗ ਜਾਂਦੇ, ਟਕਾਈ ਤਾਂ ਹੈ ਹੀ ਨਹੀਂ ਸਾਨੂੰ, ਤਾਂ ਮੇਰੀ ਕੀ ਔਕਾਤ ਹੈ ਕਿ ਮੈਨੂੰ ਸਾਰੇ ਪਿਆਰ ਕਰਨਗੇ। ਖੈਰ, ਮੈਂ ਜਿਹੜੀ ਚੀਜ਼ ਪਿੱਛੇ ਅੱਜ ਲਾਈਵ ਹੋਇਆ ਵੀਡੀਓ ਬਣਾ ਰਿਹਾ, ਉਹ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਕੋਨੇ ਕੋਨੇ 'ਚੋਂ ਹਲੇ ਸਿਰਫ ਮੈਨੂੰ 200 ਫੋਨ ਆਏ ਨੇ। ਆ ਮੈਂ ਇਹਨਾਂ ਵੀਰਾਂ ਦਾ ਵੀ ਧੰਨਵਾਦ ਆ, ਜਿਵੇਂ ਬੂਟਾ ਸਿੰਘ ਜੀ ਨੇ, ਇਹ ਆਪਣੇ ਪਿੰਡ 'ਚੋਂ ਚੂਲੜ ਬਰਨਾਲੇ ਤੋਂ ਉਹਨਾਂ ਦੀ ਮੈਨੂੰ ਕਾਲ ਆਈ, ਹਰਜੀਤ ਜੀ ਸੋਸ਼ਲ ਵਰਕਰ ਨੇ, ਇਹ ਚੱਕਰ ਜਗਰਾਓਂ ਤੋਂ ਇਹਨਾਂ ਦੀ ਕਾਲ ਆਈ, ਮਾਤਾ ਵੈਸ਼ਨੋ ਕਲੋਨੀ ਲੁਧਿਆਣਾ ਪੁਜਾਰੀ ਜੀ ਨੇ, ਦੇਖੋ ਕਿੰਨੀ ਸੋਹਣੀ ਗੱਲ ਹੈ, ਪੰਡਿਤ ਜੀ ਮੰਦਿਰ ਦੇ ਪੁਜਾਰੀ ਜੀ ਦੀ ਕਾਲ ਆਈ ਕਿ ਭਾਈ ਮੇਰੇ ਲਈ ਸੇਵਾ ਦੀ ਲੋੜ ਦੱਸੋ। ਕਿੰਨੀ ਯੂਥ ਦਾ ਜਸਵੀਰ ਸਿੰਘ ਜੀ ਦਾ ਫੋਨ ਆਇਆ ਕਿ ਦੀਪਨਗਰ ਲੁਧਿਆਣੇ 'ਤੇ ਮੈਂ ਕੋਲ ਰਹਿੰਦਾ, ਮੈਨੂੰ ਦੱਸੋ। ਹੁਸ਼ਿਆਰਪੁਰ ਗੜਸ਼ੰਕਰ ਤੋਂ ਫੋਨ ਆਇਆ ਕਿ ਮੈਂ ਪਿੰਡ ਦਾ ਪੰਚ ਹਾਂ, ਮੈਨੂੰ ਦੱਸੋ। ਦੇਖੋ ਮੈਂ ਇਹਦੇ 'ਚ ਇਹ ਨਹੀਂ ਕਹਿੰਦਾ ਮੈਨੂੰ ਕੋਈ ਆਹ ਪਾਰਟੀ ਦਾ ਬੰਦਾ ਮਿਲੇ, ਇਹਦੇ 'ਚ ਆਮ ਆਦਮੀ ਪਾਰਟੀ ਦੇ ਵੀ ਨੇ, ਇਹਦੇ ਵਿੱਚ ਅਕਾਲੀ ਵੀ ਨੇ, ਇਹਦੇ 'ਚ ਕਾਂਗਰਸ ਵੀ ਨੇ। ਯਾਰ ਰਲ ਮਿਲ ਕੇ ਆਪਾਂ ਪੰਜਾਬ ਬਚਾਉਣਾ ਕਿ ਆਪਾਂ ਪਾਰਟੀਬਾਜ਼ੀਆਂ ਕਰਨੀਆਂ? ਮੁੱਦਾ ਤਾਂ ਸਾਰਿਆਂ ਕੋਲ ਇੱਕੋ ਹੀ ਹੈ ਨਾ, ਪੰਜਾਬ ਬਚਾਓ, ਅਤੇ ਪੰਜਾਬ ਦੇ ਲੋਕਾਂ ਦਾ ਵੀ ਕੁਛ ਯੋਗਦਾਨ ਹੋਣਾ ਚਾਹੀਦਾ। ਇਸ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹੀ ਹੈ ਕਿ ਮੈਂ ਲਿਸਟਾਂ ਤਿਆਰ ਕਰਨੀਆਂ ਸ਼ੁਰੂ ਕਰਤੀਆਂ। ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਜਿਹੜੇ ਵੀ ਕੋਨੇ 'ਚੋਂ ਪੂਰੀ ਦੁਨੀਆ ਦੇ ਇਹ ਵੀਡੀਓ ਦੇਖ ਰਹੇ ਹੋ, ਸਾਨੂੰ ਵਟਸਐਪ ਕਰੋ ਆਪਣਾ ਨਾਮ, ਆਪਣੀ ਜਗ੍ਹਾ ਦਾ ਨਾਮ ਅਤੇ ਆਪਣਾ ਨੰਬਰ, ਤੁਸੀਂ ਕੰਮ ਕੀ ਕਰਦੇ ਹੋ ਵਟਸਐਪ ਕਰੋ, ਅਸੀਂ ਡਿਟੇਲਾਂ ਬਣਾ ਰਹੇ ਹਾਂ, ਸਾਨੂੰ ਤੁਹਾਡੇ ਸ਼ਹਿਰ 'ਚ ਕਦੀ ਵੀ ਲੋੜ ਪਈ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ। ਹਾਲਾਂਕਿ ਕਿੰਨੀ ਸੋਹਣੀ ਗੱਲ ਹੈ ਕਿ ਜੇ ਪੰਜਾਬ ਦੇ 12,500 ਪਿੰਡ ਸਾਡੇ ਨਾਲ ਕੰਟੈਕਟ ਕਰ ਲੈਣ ਅਤੇ ਮੈਨੂੰ ਫੋਨ ਕਰਨ ਕਿ ਭਾਈ ਮੈਂ ਫਲਾਣੇ ਪਿੰਡ 'ਚੋਂ ਬੋਲਦਾ ਅਤੇ ਸਾਡੇ ਪਿੰਡ 'ਚ ਆਹ ਬੰਦਾ ਬਿਮਾਰ ਹੈ ਅਤੇ ਸਾਡੀ ਹੈਲਪ ਕਰੋ, ਮੈਂ ਖੁਦ ਫੋਨ ਕਰਕੇ ਉਹਨਾਂ ਦੀ ਪ੍ਰੋਬਲਮ ਸੁਣੂੰਗਾ, ਆਪਣੀ ਐਂਬੂਲੈਂਸ ਭੇਜੂੰਗਾ ਉਹਨਾਂ ਦੇ ਪਿੰਡ, ਉਸ ਪਿੰਡ 'ਚ ਐਂਬੂਲੈਂਸ 'ਚ ਮਰੀਜ਼ ਚੱਕ ਕੇ ਚੈੱਕਅਪ ਕਰਾਵਾਂਗੇ, ਉਹਦਾ ਇਲਾਜ ਸਾਰਾ ਦਾ ਸਾਰਾ ਫ੍ਰੀ ਕਰਾਵਾਂਗੇ। ਔਰ ਉਸੇ ਪਿੰਡ ਦੇ NRI ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜੇ ਸਾਰੇ ਪਿੰਡਾਂ ਦੇ NRI ਆਪਣਾ ਆਪਣਾ ਪਿੰਡ ਸਾਂਭਲਣ ਤਾਂ ਜੰਨਤ ਬਣ ਜਾਵੇ। ਔਰ ਸਾਂਭਣਾ ਚਾਹੁੰਦੇ ਵੀ ਨਹੀਂ ਹੋ, ਪਰ ਕਿਸੇ ਕੋਲ ਕੋਈ ਪਲਾਨ ਨਹੀਂ ਹੈ, ਹਰ ਬੰਦਾ ਰੌਲਾ ਪਈ ਫਿਰਦਾ ਪੰਜਾਬ ਬਚਾਓ, ਪੰਜਾਬ ਕਿਵੇਂ ਬਚਾਓ? ਵੇ ਦਿਓ ਸਾਨੂੰ, ਬਲੂ ਪ੍ਰਿੰਟ ਦਿਓ ਸਾਨੂੰ, ਕੋਈ ਤੁਸੀਂ ਪਲਾਨ ਦੱਸੋ। ਹੁਣ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਕੈਨੇਡਾ ਵਾਲੀ ਸਰੀ ਦੀ, ਉਹ ਕਿੱਡੀ ਖੂਬਸੂਰਤ ਐਗਜ਼ਾਮਪਲ ਹੈ ਯਾਰ, ਜਿਹਦੇ ਨਾਲ ਸਿੱਧੀ ਸਿੱਧੀ ਇਹ ਸਿੱਧ ਹੋ ਰਿਹਾ ਕਿ ਜੇ ਤੁਸੀਂ ਮੇਰਾ ਸਾਥ ਦਿਓ, ਕੈਨੇਡਾ ਦੇ ਵਿੱਚ ਬੈਠੇ ਪੰਜਾਬੀ ਭਰਾ ਦੀ ਵੀ $250 ਦੀ ਹੈਲਪ ਹੋਈ ਹੈ, ਮੈਂ ਕੋਲੋਂ ਨਹੀਂ ਕੀਤੀ, ਪਰ ਅਸੀਂ ਇੱਕ ਜ਼ਰੀਆ ਬਣੇ। ਕਹਿਣ ਨੂੰ ਅਸੀਂ ਲੱਖ ਕਹਿ ਲਈਏ ਕਿ ਸਾਡੀ ਟੀਮ ਦਾ ਕਿਹੜਾ ਬਹੁਤਾ ਕੋਈ ਵੱਡਾ ਯੋਗਦਾਨ ਹੈ, ਅਸੀਂ ਇੱਕ ਜ਼ਰੀਆ ਹੀ ਹਾਂ, ਅਸੀਂ ਤਾਂ ਮਿਲਾਉਂਦੇ ਹਾਂ ਜੀ ਇੱਕ ਦਾਨੀ ਨੂੰ ਅਤੇ ਇੱਕ ਲੋੜਵੰਦ ਨੂੰ, ਪਰ ਇਹਨੂੰ ਮਿਲਾਉਣ ਦੇ ਵਿੱਚ ਹੀ ਕਿੰਨੀ એનર્ਜੀ ਲੱਗਦੀ ਹੈ, ਕਿੰਨਾ ਦਿਮਾਗ ਲੱਗਦਾ, ਕਿੰਨਾ ਮੈਂਟਲ ਲੈਵਲ ਲੱਗਦਾ। ਇਹ ਤਾਂ ਚਲੋ ਏਕ ਜ਼ਰੀਆ ਫਾਊਂਡੇਸ਼ਨ ਦਾ ਬੜੱਪਣ ਹੈ ਕਿ ਕਦੀ ਜਿਤਾਉਂਦੀ ਨਹੀਂ, ਕਦੀ ਲੋਕਾਂ ਕੋਲੋਂ ਆਪਣੀ ਝੋਲੀ ਤਾਰੀਫ ਪਵਾਉਣਾ ਨਹੀਂ ਚਾਹੁੰਦੀ। ਪਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਇੱਕ ਸਾਡਾ ਵਟਸਐਪ ਚੈਨਲ ਹੈ, ਮੈਂ ਲਿੰਕ ਪਾਊਂਗਾ ਕਮੈਂਟਾਂ ਦੇ ਵਿੱਚ, ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। 1,000,000 ਫੋਲੋਅਰ ਏਕ ਜ਼ਰੀਆ ਫਾਊਂਡੇਸ਼ਨ ਦੇ ਹੋਣੇ ਚਾਹੀਦੇ ਨੇ,
ਲੱਖਾਂ ਕਰੋੜਾਂ ਲੋਕ ਇਹਨੂੰ ਫੋਲੋ ਕਰਨ ਕਿ ਜੇ ਸਾਡੇ ਪਿੰਡ 'ਚ ਕੋਈ ਲੋੜ ਪਵੇ ਤਾਂ ਅਸੀਂ ਇਹਨਾਂ ਨੂੰ ਫੋਨ ਕਰੀਏ, ਜੇ ਸਾਡੇ ਪਿੰਡ 'ਚ ਅਸੀਂ ਕਿਸੇ ਦੀ ਹੈਲਪ ਕਰਨੀ ਹੈ ਤਾਂ ਇਹਨਾਂ ਨੂੰ ਫੋਨ ਕਰੀਏ। ਹੁਣ ਮੇਰੇ ਕੋਲ ਐਸੀਆਂ ਲਿਸਟਾਂ ਨੇ, ਹੁਣ ਦੋ ਬੰਦੇ ਮੈਨੂੰ ਫੋਨ ਕਰ ਰਹੇ ਨੇ, ਇੱਕ ਜਿਹਨੂੰ ਹੈਲਪ ਚਾਹੀਦੀ ਹੈ, ਦੂਜਾ ਜਿਹਨੇ ਹੈਲਪ ਕਰਨੀ ਹੈ, ਔਰ ਦੋਨੋਂ ਇੱਕੋ ਪਿੰਡ ਦੇ। ਨਾ ਹੈਲਪ ਲੈਣ ਵਾਲੇ ਨੂੰ ਪਤਾ ਮੈਂ ਕਿਹਦੇ ਕੋਲ ਹੈਲਪ ਲੈਣ ਜਾਵਾਂ, ਨਾ ਹੈਲਪ ਕਰਨ ਵਾਲੇ ਨੂੰ ਪਤਾ ਮੈਂ ਕਿਹਦੀ ਹੈਲਪ ਕਰਾਂ, ਕਿਉਂਕਿ ਹੈਲਪ ਕਰਨ ਵਾਲਾ ਵਿਚਾਰਾ ਹੁਣ ਇਹ ਤਾਂ ਰੌਲਾ ਪਾਏਗਾ ਨਹੀਂ, ਹਾਂਜੀ ਹਾਂਜੀ ਮੈਂ 10,000 ਦਾਨ ਕਰਨਾ, ਕਿਹਨੂੰ ਦੇਵਾਂ, ਉਹਨੂੰ ਤਾਂ ਚੋਰਾਂ ਵਾਂਗੂ ਲੋਕ ਪੈ ਜਾਣਗੇ, ਮੈਨੂੰ ਦੇ ਮੈਨੂੰ ਦੇ ਮੈਨੂੰ ਦੇ ਮੈਨੂੰ ਦੇ। ਦਾਨ ਕਰਨ ਵਾਲੇ ਨੂੰ ਹਮੇਸ਼ਾ ਚਾਹੀਦਾ ਹੁੰਦਾ ਜੈਨੂਇਨ ਮਰੀਜ਼, ਜੈਨੂਇਨਟੀ, ਕਿਹਨੂੰ ਲੋੜ ਹੈ ਬਾਈ ਕਿਹਨੂੰ ਨਹੀਂ, ਉਹ ਸਾਡਾ ਕੰਮ ਹੈ। ਸਾਡੀ ਫ੍ਰੀ ਏਕ ਜ਼ਰੀਆ ਫਾਊਂਡੇਸ਼ਨ ਤੁਹਾਨੂੰ ਕੇਸ ਵੈਰੀਫਿਕੇਸ਼ਨ ਕਰਕੇ ਝੋਲੀ ਪਾ ਸਕਦੀ ਹੈ। ਜੇ ਕੋਈ NRI ਵੀਰ ਚਾਹੁੰਦਾ ਕਿ ਭਾਈ ਤੁਹਾਡੇ ਪਿੰਡ 'ਚ, ਤੁਹਾਡੇ ਜੱਦੀ ਪਿੰਡ 'ਚ ਜਿੱਥੇ ਤੁਸੀਂ ਜੰਮੇ ਹੋ, ਉਸ ਪਿੰਡ 'ਚ ਕੋਈ ਮਰੀਜ਼ ਦਵਾਈਆਂ ਪੱਖੋਂ ਨਾ ਮਰੇ, ਇਲਾਜ ਪੱਖੋਂ ਨਾ ਕਰੇ ਮਰੇ, ਔਰ ਉਹਦੀ ਉਹ ਵੈਰੀਫਿਕੇਸ਼ਨ ਚਾਹੁੰਦਾ, ਸਾਡੇ ਕੋਲ ਫ੍ਰੀ ਵੈਰੀਫਿਕੇਸ਼ਨ ਲੈ ਲਿਆ ਕਰੋ, ਅਸੀਂ ਵਿਦਾਊਟ ਐਨੀ ਕੋਸਟ ਤੁਹਾਨੂੰ ਫ੍ਰੀ ਵੈਰੀਫਾਈ ਕਰਕੇ ਦੇਵਾਂਗੇ ਕਿ ਭਾਈ ਕਿਹਨੂੰ ਤੁਹਾਡੇ ਪਿੰਡ 'ਚ ਲੋੜ ਹੈ ਅਤੇ ਕਿਹਨੂੰ ਨਹੀਂ ਹੈ। ਮੈਂ ਰੌਲਾ ਪਾਉਂਦਾ, ਆ ਜਾਓ ਭਾਈ, ਜਿਵੇਂ ਤੁਸੀਂ ਸਾਗਰ ਦੀ ਵੋਟੀ ਇੰਡੀਕਾ ਲੈਂਦੀ ਚਲਾ ਫੇਮਸ ਕੀਤਾ ਨਾ, ਉਵੇਂ ਇਸ ਵੀਡੀਓ ਨੂੰ ਵੀ ਫੇਮਸ ਕਰ ਦਿਓ, ਸ਼ੇਅਰ ਕਰ ਦਿਓ। ਸਾਡੀ ਵੀਡੀਓ 'ਚ ਮੰਨਿਆ ਮਸਾਲਾ ਨਹੀਂ ਹੈ, ਕੌਮੇਡੀ ਨਹੀਂ ਹੈ, ਕਿਸੇ ਨੂੰ ਕੋਈ ਗਾਲ ਨਹੀਂ ਹੈ, ਕਿਸੇ ਦੀ ਨਿੰਦਿਆ ਚੁਗਲੀ ਨਹੀਂ ਹੈ, ਤਾਂ ਸਾਡੀ ਵੀਡੀਓਜ਼ ਨੂੰ ਘੱਟ ਪਿਆਰ ਮਿਲਦਾ, ਸਾਡੀ ਵੀਡੀਓ ਸ਼ੇਅਰ ਘੱਟ ਹੁੰਦੀਆਂ ਨੇ, ਲਾਈਕ ਘੱਟ ਹੁੰਦੇ ਆ, ਕਮੈਂਟ ਘੱਟ ਹੁੰਦੇ। ਇਹੀ ਮੈਂ 4 ਕੁ ਗਾਲਾਂ ਕੱਢ ਕੇ ਹੁਣ ਕਿਸੇ ਬੰਦੇ ਨੂੰ ਪਾ ਦਾਂ ਨਾ ਕਿ ਉਹ ਚੋਰ ਆ, ਆਹ ਚੋਰ ਆ, ਉਹ ਚਾਰ ਹੈ, ਤਾਂ ਸਾਡੀ ਵੀਡੀਓ ਸ਼ੇਅਰ ਕਰ ਕਰ ਪਾਗਲ ਕਰ ਦੇਣਗੇ। ਮੈਂ ਉਮੀਦ ਕਰਦਾ ਤੁਸੀਂ ਸਾਡੀ ਆਹ ਵੀਡੀਓ ਨੂੰ ਜ਼ਰੂਰ ਗੌਰ ਕਰੋਗੇ। ਸਾਡਾ ਨੰਬਰ 7889168 ਫੋਨ ਕਰੋ, ਜਾਣਕਾਰੀ ਲਓ, ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਕਮੈਂਟਾਂ 'ਚ ਮੈਂ ਲਿੰਕ ਪਾਇਆ ਆਪਣੇ ਵਟਸਐਪ ਚੈਨਲ ਦਾ, ਉਹਦੇ 'ਤੇ ਜ਼ਰੂਰ ਸਬਸਕ੍ਰਾਈਬ ਕਰ ਲਿਓ। ਇੱਕ ਇੱਕ ਬੰਦਾ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ, ਸਾਡੇ ਫੇਸਬੁੱਕ ਯੂਟਿਊਬ ਪੇਜ ਸਾਰੇ ਲਾਈਕ ਕਮੈਂਟ ਸਬਸ ਔਨ ਕਰ ਲਓ ਉਹਦੀਆਂ ਨੋਟੀਫਿਕੇਸ਼ਨਾਂ, ਸੋ ਦੈਟ ਆਪਾਂ ਰਲ ਮਿਲ ਕੇ ਜਿਹੜਾ ਭਰਾ ਆਪਾਂ ਪੰਜਾਬ ਬਚਾਈਏ, ਕੋਸ਼ਿਸ਼ ਤਾਂ ਕਰੀਏ ਯਾਰ, ਬਚੇ ਨਾ ਬਚੇ। ਬਹੁਤ ਬਹੁਤ ਧੰਨਵਾਦ, ਅਤੇ ਰਲ ਮਿਲ ਕੇ ਮਦਦ ਕਰੀਏ, ਇੱਕ ਜ਼ਰੀਆ ਫਾਊਂਡੇਸ਼ਨ ਨੂੰ ਸਲਾਹ ਦਿੰਦੇ ਰਹੋ ਸਮੇਂ ਸਮੇਂ ਅਨੁਸਾਰ ਕੀ ਤੁਹਾਡੀ ਸੁਜੈਸ਼ਨਸ ਨੇ, ਅਤੇ ਲਿਸਟਾਂ ਮੇਰੇ ਕੋਲ ਤਿਆਰ ਹੈ, ਅਤੇ ਹੁਣ ਤੁਹਾਡੇ ਸਾਥ ਦੀ ਲੋੜ ਹੈ। ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ, ਅਤੇ ਪਿੰਡ 'ਚ ਸਰਪੰਚ ਪੰਚ ਜੇ ਕਿਸੇ ਤੱਕ ਮੇਰੀ ਵੀਡੀਓ ਪਹੁੰਚ ਰਹੀ ਹੈ, ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਡੇ ਪਿੰਡ ਦੇ ਹਰ ਮਰੀਜ਼ ਨੂੰ ਕੋਸ਼ਿਸ਼ ਕਰਾਂਗੇ ਕਿ ਇਲਾਜ ਕਰਾ ਕੇ ਦਈਏ, ਫ੍ਰੀ ਕਰਾ ਕੇ ਦਈਏ। ਬਹੁਤ ਬਹੁਤ ਧੰਨਵਾਦ।